ਗੁਟਕਾ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਖਾਲੜਾ ਪੁਲਿਸ ਇੱਕ ਵਾਰ ਫਿਰ ਸੁਰਖੀਆਂ 'ਚ। ਸਤਿਕਾਰ ਕਮੇਟੀਆਂ ਨੇ ਲਿਆ ਸਖ਼ਤ ਨੋਟਿਸ। ਬੀਤੇ ਦਿਨੀ ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਕਸਬਾ ਖਾਲੜਾ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ 'ਚ ਦੋ ਚੋਰ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਝਰਨੇ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ ਸਨ। ਚੋਰਾਂ ਨੇ ਅੰਦਰ ਦਾਖਲ ਹੋਣ ਸਮੇਂ ਦਰਬਾਰ 'ਚ ਰੱਖੀ ਹੋਈ ਅਲਮਾਰੀ ਜਿਸ 'ਚ ਗੁਟਕਾ ਸਾਹਿਬ ਮੌਜੂਦ ਸਨ ਅਤੇ ਪੈਰ ਰੱਖੇ ਸੀ, ਪਰੰਤੂ ਖਾਲੜਾ ਪੁਲਿਸ ਨੇ ਇਸ ਮਾਮਲੇ ਸੰਬੰਧੀ ਕੋਈ ਠੋਸ ਕਾਰਵਾਈ ਨਾ ਕਰਕੇ ਇਸ ਪੂਰੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਸੀ। ਉੱਧਰ ਇਸ ਮੰਦਭਾਗੀ ਘਟਨਾ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਸਰਕਲ ਭਿੱਖੀਵਿੰਡ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਉਦੋਕੇ ਨੇ ਕੀ ਕਿਹਾ, ਆਓ ਵੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ। ਬਾਬਾ ਜੀ, ਬੀਤੇ ਦਿਨੀ ਗੁਰਦੁਆਰਾ ਕਲਗੀਧਰ ਸਿੰਘ ਸਭਾ ਜਿਹੜਾ ਥਾਣੇ ਦੇ ਨਜ਼ਦੀਕ ਪੈਂਦਾ ਖਾਲੜੇ ਥਾਣੇ ਦੇ, ਉੱਥੇ ਬੇਅਦਬੀ ਦਾ ਮਸਲਾ ਜਿਹੜਾ ਸਾਹਮਣੇ ਆਇਆ ਸੀਗਾ, ਕੀ ਕਾਰਵਾਈ ਕੀਤੀ ਗਈ ਆ ਅਤੇ ਕੀ ਕਹਿਣਾ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਖਾਲੜਾ ਥਾਣਾ ਦੇ ਨਜ਼ਦੀਕ ਕਲਗੀਧਰ ਗੁਰਦੁਆਰਾ ਸਾਹਿਬ ਸਿੰਘ ਸਭਾ, ਉਹਦੇ ਵਿੱਚ ਚੋਰਾਂ ਨੇ ਜੋ ਚੋਰੀ ਕੀਤੀ ਆ ਅਤੇ ਨਾਲ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਅਤੇ ਜੋ ਕਿ ਉਹਨਾਂ ਨੇ ਝਰਨਾ ਪਾੜ ਕੇ ਜਿਹੜੇ ਝਰਨੇ ਥਾਣੀ ਉਹ ਚੋਰ ਉਤਰਿਆ ਉਹਦੇ ਨਾਲ ਹੀ ਗੁਟਕਾ ਸਾਹਿਬ ਦੀਆਂ ਅਲਮਾਰੀਆਂ ਜੋ ਸੁਖਨੀ ਸਾਹਿਬ ਦੇ ਗੁਟਕੇ ਸਾਹਿਬ ਪਏ ਨੇ ਉਹਨਾਂ ਉੱਤੇ ਪੈਰ ਰੱਖ ਕੇ ਉਹ ਉਤਰਿਆ ਏ। ਉਹ ਇੱਥੋਂ ਤੱਕ ਕਿ ਤੁਹਾਨੂੰ ਪਤਾ ਜਿਹੜੇ ਚੋਰ ਆ ਉਹ ਨਸ਼ੇ ਨਾਲ ਧੁੰਨ ਧੋ ਕੇ ਸ਼ਰਾਬ ਪੀ ਕੇ ਇਹੋ ਕਾਰਵਾਈ ਕਰਦੀ, ਕਿਉਂ ਅਜੇ ਥਾਣਾ ਨਜ਼ਦੀਕ ਆ, ਬਿਲਕੁਲ ਕੰਧ ਨਾਲ ਕੰਧ ਸਾਂਝੀ ਆ। ਜੋ ਕਿ ਚੋਰਾਂ ਨੇ ਬਹੁਤ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਵੀ ਹੋਈ ਆ। ਬਾਬਾ ਜੀ, ਉੱਥੇ ਦੇਖਣ ਨੂੰ ਮਿਲਿਆ ਵੀ ਕੁਝ ਸਿਆਸੀ ਰਸੂਖ ਵੀ ਵੇਖਣ ਨੂੰ ਮਿਲਿਆ ਸੀ ਇਹ ਕੇਸ ਦੇ ਵਿੱਚ? ਹਾਂਜੀ ਹਾਂਜੀ, ਜਦੋਂ ਅਸੀਂ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਅਤੇ ਉੱਥੇ ਸਰਪੰਚ ਸਾਹਿਬ ਮੌਜੂਦਾ ਜੋ ਮਿਲੇ ਆ, ਉਹਨਾਂ ਨਾਲ ਜਦੋਂ ਪਹਿਲਾਂ ਹੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਛੋਟੀ ਉਮਰ ਦੇ ਬੱਚੇ ਹੀ ਉਹ ਨਾਬਾਲਗ ਸਮਝ ਕੇ, ਅਤੇ ਅਸੀਂ ਇਹ ਕਿਹਾ ਕਿ ਇਹਨਾਂ ਦੀ ਕੁਝ ਥੋੜ੍ਹਾ ਜਿਹਾ ਜਿਹੜੀ ਭਵਿੱਖ ਖਰਾਬ ਹੋਊਗਾ, ਇਹਨਾਂ ਨੇ ਥੋੜ੍ਹਾ ਜਿਹਾ ਉਹਨਾਂ ਬਦਲੀ ਕੀਤੀ। ਜਦ ਅਸੀਂ ਬਾਅਦ 'ਚ ਮਿਲੇ ਤਾਂ ਉਹਨਾਂ ਨੇ ਮੰਨਿਆ, ਕਬੂਲ ਕੀਤਾ, ਸਰਪੰਚ ਨੇ ਖੁਦ ਕਬੂਲ ਕੀਤਾ ਕਿ ਇਹ ਚੋਰੀ ਉਹਨਾਂ ਕੀਤੀ ਆ ਅਤੇ ਮੰਨੀ ਆ, ਪਰ ਅਸੀਂ ਉਹਨਾਂ ਦੀ ਲੈ ਦੇ ਕੇ 17,500 'ਚ ਜਿਹੜੀ ਆ ਖਲਾਸੀ ਕਰਾ ਦਿੱਤੀ ਆ। ਜੋ ਕਿ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ, ਅਸੀਂ ਸੁਣਿਆ ਕਿ ਉਹ ਪਹਿਲਾਂ ਵੀ ਬਹੁਤ ਚੋਰੀਆਂ ਕਰ ਚੁੱਕੇ ਆ। ਬਾਬਾ ਜੀ, ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ, ਲੇਕਿਨ ਕੁਝ ਕੁ ਤਾਂ ਪ੍ਰਸ਼ਾਸਨ ਜਿਹੜਾ ਢਿੱਲਾ ਨਜ਼ਰ ਆ ਰਿਹਾ ਹੈ, ਇੱਥੇ ਦੇਖਣ ਨੂੰ ਮਿਲਿਆ ਵੀ ਪ੍ਰਸ਼ਾਸਨ ਦੀ ਜਿਹੜੀ ਆ ਸਖ਼ਤ ਢਿੱਲੀ ਕਾਰਵਾਈ ਆ, ਇਹਦੇ ਸੰਬੰਧ 'ਚ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ, ਦੇਖੋ ਜਿਹੜੀਆਂ ਇਹ ਚੀਜ਼ਾਂ ਹੁਣ ਵੇਖੇ ਆਪਾਂ ਬਾਅਦ ਦੇ ਵਿੱਚ ਨਹੀਂ ਇਹ ਸਟੈਂਡ ਚੁੱਕਦੇ ਤਾਂ ਉਹ ਚੀਜ਼ ਨੂੰ ਰਫਾ ਥਫਾ ਹੋ ਜਾਂਦਾ, ਚਾਹੇ ਸਿਆਸੀ ਗੇਲੋ ਚਾਹੇ ਇਹਨਾਂ ਦੀ ਪ੍ਰਸ਼ਾਸਨ ਦੀ ਢਿੱਲ ਗੇਲੋ, ਕੋਈ ਤਾਂ ਮਸਲਾ ਵਿੱਚ ਸਾਹਮਣੇ ਆਪਣੇ ਆਪ ਯਾਰ ਹੁੰਦਾ ਹੈ। ਪਰ ਜਿੱਥੋਂ ਤੱਕ ਹੁਣ ਸਾਡੀ ਸਤਿਕਾਰ ਕਮੇਟੀਆਂ ਪੰਜਾਬ ਦੀਆਂ, ਉਹ ਬਿਲਕੁਲ ਇਹ ਤੱਤਪਰ ਹੋਣਗੀਆਂ। ਹੁਣ ਹਰ ਵਕਤ ਜਿਹੜੇ ਕੋਈ ਇਹੋ ਜਿਹੇ ਘਟਨਾਵੀਂ ਕਾਰਵਾਈ ਆ ਜੋ ਪ੍ਰਬੰਧਕ ਕਮੇਟੀਆਂ 'ਚ ਘਾਟ ਆ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਵੀ ਪੂਰੀਆਂ ਅਸੀਂ ਨਿਗਰਾਨੀ ਕਰ ਰਹੇ ਹਾਂ। ਅਤੇ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਜੇ ਦੁਸ਼ਟ ਆਦਮੀ ਆ ਉਹਨਾਂ 'ਤੇ ਕਾਰਵਾਈਆਂ ਵੀ ਕਰਾਵਾਂਗੇ। ਪ੍ਰਧਾਨ ਜੀ, ਤੁਸੀਂ ਇਹ ਗੱਲ ਕੀ ਸਮਝਦੇ ਜੇ ਵੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਪਾਸੇ ਥਾਣਾ ਹੈ ਅਤੇ ਥਾਣੇ ਦੇ ਬੈਕ ਸਾਈਡ 'ਤੇ ਰਹਿੰਦੇ ਚੋਰ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ, ਕੀ ਸਮਝਦੇ? ਮਹਿੰਦਰ ਸਿੰਘ, ਕੀ ਗੱਲਬਾਤ ਹੋਈ ਹੈ ਜਿਹੜੀ ਥਾਣੇ ਦੇ ਨਜ਼ਦੀਕੀ ਜਿਹੜਾ ਗੁਰਦੁਆਰਾ ਸਾਹਿਬ ਹੈ ਕਲਗੀਧਰ ਸਿੰਘ ਸਭਾ? ਥਾਣੇ ਇੱਥੇ ਗੋਲਕ ਚੋਰੀ ਹੋ ਗਈ ਸੀ ਜੀ, ਗੋਲਕ ਚੋਰੀ ਹੋਈ ਸਵੇਰੇ ਆ ਕੇ ਵੇਖਿਆ, ਜਦੋਂ ਗੋਲਕ ਟੁੱਟੀ ਆ ਪੁਲਿਸ ਕੰਪਲੇਂਟ ਕੀਤੀ, CCTV ਫੁਟੇਜ ਵੇਖਿਆ, ਉਹਦੇ ਵਿੱਚ ਚਲੋ ਜਿਹੜੀ ਸ਼ੱਕ ਦੇ ਆਧਾਰ 'ਤੇ ਨਾਂ ਦਿੱਤੇ ਉਹ ਬੰਦੇ ਲਿਆਂਦੇ, ਬੰਦੇ ਮੰਨ ਗਏ, ਚੋਰੀ ਕਬੂਲ ਕਰ ਲਈ ਉਹਨਾਂ ਨੇ। ਅਤੇ ਉਸ ਤੋਂ ਬਾਅਦ ਮੋਹਦਵਾਰਾ ਨੇ ਸਰਪੰਚ ਮੈਂਬਰਾਂ ਨੇ ਜਿਹੜੇ ਅਸੀਂ ਉਹ ਸ਼ਾਮਾਂ ਨੂੰ ਬੰਦੇ ਛਡਾ ਕੇ ਜ਼ਬਰਦਸਤੀ ਜਿਹੜਾ ਸੀ ਉਹ ਰਾਜ਼ੀਨਾਮਾ ਕੀਤਾ ਗਿਆ। ਉਹਦੇ ਵਿੱਚ ਮੈਨੂੰ ਇਹ ਮਨਜ਼ੂਰ ਨਹੀਂ ਸੀ ਹੋਇਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੂੰਹ ਵਿਖਾਵਾਂਗਾ। ਤੁਸੀਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਹਾਂਜੀ, ਤੁਹਾਡੀ ਜਿਹੜੀ ਗੈਰ ਮੌਜੂਦਗੀ 'ਚ ਹੋਇਆ ਸਭ ਕੁਛ? ਹਾਂਜੀ, ਗੈਰ ਮੌਜੂਦਗੀ 'ਚ ਹੋਇਆ ਜੀ। ਬਾਬੇ, ਜਿਹੜਾ ਗਲੱਖੇ ਥਾਣੀ ਚੋਰ ਐਂਟਰੀ ਕੀਤੀ ਸੀ ਚੋਰਾਂ ਨੇ, ਉਹਦੇ ਥੱਲੇ ਜਿੱਥੇ ਗੁਟਕਾ ਸਾਹਿਬ ਦਾ ਬਕਸਾ ਪਿਆ ਸੀ ਜਿਹਦੇ ਵਿੱਚ ਗੁਟਕਾ ਸਾਹਿਬ ਹੁੰਦੇ ਆ, ਠੀਕ ਹੈ, ਉੱਥੇ ਉਹਦੇ ਉੱਪਰ ਪੈਰ ਰੱਖ ਕੇ ਫਿਰ ਜਿਹੜੇ ਚੋਰ ਆ ਉਹ ਥੱਲੇ ਉਤਰੇ ਆ, ਕੀ ਤੁਸੀਂ ਉਹਨੂੰ ਬੇਅਦਬੀ ਨਹੀਂ ਗਿਣਦੇ? ਅਤੇ ਫਿਰ ਕਾਰਵਾਈ ਕਿਉਂ ਨਹੀਂ ਜਿਹੜੀ ਆ ਮਤਲਬ ਕਿ ਕਰਵਾਈ ਗਈ? ਕਾਰਵਾਈ ਤਾਂ ਉਸ ਦਿਨ ਫਿਰ ਮੈਂ ਜਿਹੜੀ ਆ ਮੇਰੇ ਸਿਰ ਤੋਂ ਪਾਣੀ ਲੰਘ ਗਿਆ, ਜਦੋਂ ਮੈਂ ਚੋਰ ਜਿਹੜਾ ਸੀ ਸ਼ੱਕ ਸੀ, ਸ਼ੱਕ ਦੇ ਆਧਾਰ 'ਤੇ ਫੜਾਏ, ਮੰਨ ਵੀ ਗਏ,
ਅਤੇ ਜਦੋਂ ਸਾਡੀ ਜਿਹੜੀ ਆ ਕਿਸੇ ਨੇ ਸੁਣਾਈ ਨਹੀਂ ਅਤੇ ਫਿਰ ਇਸ ਚੀਜ਼ ਤੋਂ ਮੈਂ ਜਿਹੜਾ ਸੀ ਮੈਂ ਉਹਨਾਂ ਨੂੰ ਆਖਿਆ ਕਿ ਜੇ ਮੇਰੀ ਜਿਹੜੀ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੁੱਗਾ ਮੰਗਾ ਕੇ ਕੋਈ ਇਨਸਾਫ ਹੀ ਨਹੀਂ ਦਵਾ ਸਕਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਮੇਰਾ ਜਿਹੜਾ ਸੀ ਪ੍ਰਧਾਨਗੀ ਉਹਦੇ 'ਤੇ ਰਹਿਣ ਦਾ ਜਿਹੜਾ ਕੋਈ ਹੱਕ ਨਹੀਂ ਬਣਦਾ ਮੈਂ ਇਸ ਚੀਜ਼ ਤੋਂ ਜਿਹੜੀ ਆ ਮੈਂ ਜੇ ਤੁਸੀਂ ਫੈਸਲਾ ਕਰਵਾ ਹੀ ਦਿੱਤਾ ਫਿਰ ਤੁਸੀਂ ਸਭ ਕੁਛ ਕਰੋ ਮੈਂ ਤਾਂ ਅਸਤੀਫਾ ਦੇਣਾ ਤੁਸੀਂ ਪ੍ਰਧਾਨਗੀ ਛੱਡ ਦਿੱਤੀ ਹਾਂਜੀ ਬਾਬੇ ਕੀ ਮੰਗ ਕਰਦੇ ਜੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਹੁਣ ਤਾਂ ਜਦੋਂ ਮੈਂ ਅਸਤੀਫਾ ਹੀ ਦੇ ਦਿੱਤਾ ਹੁਣ ਨਵੇਂ ਪ੍ਰਧਾਨ ਤੋਂ ਵੈਸੇ ਪੁੱਛਣਾ ਚਾਹੀਦਾ ਅਤੇ ਬਾਕੀ ਜਿਹੜੀ ਆ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਂ ਕਹਿੰਦਾ ਵੀ ਬਹੁਤ ਵੱਡੀ ਗਲਤੀ ਆ ਅਤੇ ਇਹ ਸਜ਼ਾ ਹੋਣੀ ਚਾਹੀਦੀ ਹੈ ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ